26 ਜਨਵਰੀ ਦੀ ਦੁਪਹਿਰ ਨੂੰ ਜਦੋਂ ਰਾਜਧਾਨੀ ਦਿੱਲੀ ਦੇ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕਰੀ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਕਾਰ ਝੜਪਾਂ ਹੋ ਰਹੀਆਂ ਸਨ ਤਾਂ ਟਵਿੱਟਰ ਤੇ ਟਵੀਟ ਦੀ ਇੱਕ ਲਗਾਤਾਰ ਲਹਿਰ ਉੱਠ ਖੜੀ ਹੋਈ ਜੋ ਸਿੱਖਾਂ ਖਿਲਾਫ ਲਗਾਤਾਰ ਜ਼ਹਿਰ ਉਗਲ ਰਹੀ ਸੀ ਖਾਸ ਕਰ ਸਿੱਖ ਕਿਸਾਨਾਂ ਵਿਰੁੱਧ ਹਿੰਸਾ ਲਈ ਆਵਾਮ ਨੂੰ ਉਕਸਾ ਰਹੀ ਸੀ ਪੜਕਾ ਰਹੀ ਸੀ ਮੁਲਕ 'ਚ ਦੰਗੇ ਕਰਵਾਉਣ ਵਾਲੀਆਂ ਤਾਕਤਾਂ ਲਗਾਤਾਰ ਸੋਸ਼ਲ ਮੀਡੀਆ ਤੇ ਆਪਣੇ ਘਟੀਆ ਕੰਮ ਵਿੱਚ ਜੁੱਟ ਚੁੱਕੀਆਂ ਸਨ ਪਰ ਟਵਿੱਟਰ ਵੱਲੋਂ ਹੁਣ ਅਜੇ ਹੀ 500 ਖਾਤਿਆਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਤੇ ਸਾਰੇ ਖਾਤੇ ਸਸਪੈਂਡ ਕਰ ਦਿੱਤੇ ਗੜਦੰਤਰ ਦਿਹਾੜੇ ਦੇ ਕੁਝ ਘੰਟਿਆਂ ਦੇ ਅੰਦਰ ਹੀ ਟਵੀਟ ਦੀ ਇੱਕ ਧਾਰਾ ਸਿੱਖ ਨਸਲ ਕੁਸ਼ੀ ਵਿਰੁੱਧ ਵੱਡੇ ਪੱਧਰ ਤੇ ਨਸਲ ਕੁਸ਼ੀ 1984 ਅਤੇ ਹੈਸ਼ਟੈਗ ਮਿਸਿੰਗ ਇੰਦਰਾ ਹੈਸ਼ਟੈਗ ਸ਼ੂਟ ਟ੍ਰੈਂਡਿੰਗ ਵਰਗੇ ਹੈਸ਼ਟੈਗਾ ਦੀ ਵਰਤੋਂ ਕਰਦਿਆਂ ਟਵੀਟ ਜ਼ਰੀਏ ਸਿੱਖ ਭਾਈਚਾਰੇ ਖਿਲਾਫ ਨਫ਼ਰਤ ਭਰੇ ਸੰਦੇਸ਼ਾਂ ਦੇ ਹੜ ਆ ਗਏ ਗੁੰਡਾਗਰਦੀ ਸਪੱਸ਼ਟ ਸੀ 1984 ਸਿੱਖ ਕਤਲੇਆਮ ਦਾ ਇੱਕ ਅਜੇਹਾ ਕਾਲਾ ਦੌਰ ਜਿੱਥੇ 40 ਤੋਂ ਵੱਧ ਸ਼ਹਿਰਾਂ ਵਿੱਚ 20000 ਤੋਂ ਵੱਧ ਬੇਕਸੂਰ ਲੋਕ ਮਾਰ ਦਿੱਤੇ ਗਏ ਸਨ ਉਸ ਨੂੰ ਦੁਹਰਾਉਣ ਦੇ ਟਵੀਟ ਕੀਤੇ ਜਾਣ ਲੱਗੇ ਸੋਸ਼ਲ ਮੀਡੀਆ ਤੇ ਕਈਆਂ ਨੇ ਇਹ ਕਹਿੰਦੇ ਹੋਏ ਪੁੱਛਿਆ ਕਿ ਜੇ ਟਵਿੱਟਰ 6 ਜਨਵਰੀ ਨੂੰ ਕੈਪੀਟਲ ਹਿਲ ਤੇ ਹੋਏ ਹਥਿਆਰਬੰਦ ਬਗਾਵਤ ਤੋਂ ਬਾਅਦ ਹਿੰਸਾ ਲਈ ੜਕਾਉਣ ਲਈ ਸੰਯੁਕਤ ਰਾਜ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਦੇ ਖਾਤੇ ਨੂੰ ਮੁਅਤਲ ਕਰ ਸਕਦਾ ਹੈ ਤਾਂ ਕਿਉਂ ਨਾ ਭਾਰਤ ਵਿੱਚ ਇਸੇ ਤਰ੍ਹਾਂ ਦੇ ਖਾਤਿਆਂ ਨੂੰ ਮੁਅਤਲ ਕੀਤਾ ਜਾਵੇ ਜੋ ਹਿੰਸਾ ਅਤੇ ਕਤਲੇਆਮ ਲਈ ਉਕਸਾ ਰਹੇ ਸਨ ਟਵਿੱਟਰ ਦੇ ਉਪਭੋਗਤਾਵਾਂ ਦੀ ਸੁਰੱਖਿਆ ਅਤੇ ਹਿੰਸਾ ਨਾਲ ਸੰਬੰਧਿਤ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਕਿਸੇ ਵਿਅਕਤੀ ਜਾਂ ਲੋਕਾਂ ਦੇ ਸਮੂਹ ਵਿਰੁੱਧ ਹਿੰਸਾਰੀ ਧਮਕੀ ਨਹੀਂ ਦੇ ਸਕਦੇ ਅਸੀਂ ਹਿੰਸਾ ਨੂੰ ਉਤਸ਼ਾਹਿਤ ਕਰਨ ਤੋਂ ਵੀ ਵਰਜਦੇ ਹਾਂ ਟਿਕਰੀ ਸਿੰਘੂ ਅਤੇ ਗਾਜੀਪੁਰ ਵਿਖੇ ਨਵੀਂ ਦਿੱਲੀ ਦੀ ਸਰਹੱਦ ਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ 26 ਜਨਵਰੀ ਨੂੰ ਰਾਜਧਾਨੀ ਵਿੱਚ ਇੱਕ ਟਰੈਕਟਰ ਰੈਲੀ ਕੀਤੀ ਸੀ ਹਾਲਾਂਕਿ ਪੁਲਿਸ ਦੁਆਰਾ ਅਥਰੂ ਗੈਸ ਦੇ ਗੋਲੇ ਅਤੇ ਲਾਟੀ ਚਾਰਜ ਦੇ ਵਿਚਕਾਰ ਨਿਰਧਾਰਤ ਪ੍ਰੇਡ ਦੇ ਰਸਤੇ ਤੋਂ ਬਹੁਤ ਸਾਰੇ ਟਰੈਕਟਰ ਤੋੜ ਦਿੱਤੇ ਗਏ ਨਵੀਂ ਦਿੱਲੀ ਦੇ ਕਈ ਹਿੱਸਿਆਂ ਵਿੱਚ ਹਿੰਸਕ ਝੜਪਾਂ ਹੋਈਆਂ ਲਾਲ ਕਿਲੇ ਦੇ ਅੰਦਰ ਜੋ ਹੋਇਆ ਉਹ ਸਭ ਨੇ ਵੇਖਿਆ ਪਰ ਇਸ ਨੂੰ ਕਿਸ ਤਰ੍ਹਾਂ ਫਿਰਕੂ ਰੰਗਤ ਦਿੱਤੀ ਗਈ ਇਹ ਵੀ ਲੋਕਾਂ ਨੇ ਵੇਖਿਆ ਹੈ ਤੇ ਇਸੇ ਦਾ ਨਤੀਜਾ ਹੈ ਕਿ ਟਵਿੱਟਰ ਤੇ ਇਸ ਤਰ੍ਹਾਂ ਦੀ ਭਾਸ਼ਾ ਵਰਤੀ ਜਾ ਰਹੀ ਸੀ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਸੀ ਗੇ ਕਰਨ ਲਈ ਲੋਕਾਂ ਨੂੰ ਉਕਸਾਇਆ ਜਾ ਰਿਹਾ ਸੀ ਮੰਗਲਵਾਰ ਦੀ ਸ਼ਾਮ ਤੱਕ ਜਦੋਂ ਸੈਂਕੜੇ ਲੋਕਾਂ ਨੇ ਲਾਲ ਕਿਲੇ ਤੇ ਤੂਫਾਨੀ ਹਮਲਾ ਕੀਤਾ ਅਤੇ ਨਿਸ਼ਾਨ ਸਾਹਿਬ ਝੰਡਾ ਖਾਲੀ ਪੋਲ ਤੇ ਲਹਿਰਾਇਆ ਗਿਆ ਜਿਸ ਨੂੰ 1984 ਨੂੰ ਦੁਹਰਾਉਣ ਦੀ ਜ਼ਰੂਰਤ ਆ ਅਤੇ ਦੂਜਾ ਸਾਕਾ ਨੀਲਾ ਤਾਰਾ ਅਤੇ ਲਾਪਤਾ ਇੰਦਰਾ ਗਾਂਧੀ ਦੀ ਮੰਗ ਕੀਤੀ ਗਈ ਟਵਿੱਟਰ ਤੇ ਅਜਾਹੀ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਕਟਿਆ ਟਵੀਟਸ ਦਾ ਹੜ ਸ਼ੁਰੂ ਹੋ ਗਿਆ ਅਭਿਸ਼ੇਕ ਸਿੰਘ ਨਾਮੀ ਇੱਕ ਯੂਜ਼ਰ ਦੇ ਕਟਿਆ ਵਿਚਾਰ ਵੇਖੋ ਇਸ ਨੇ ਪੋਸਟ ਕੀਤਾ ਹੈਸ਼ਟੈਗ ਡੇਲੀ ਅੰਡਰ ਅਟੈਕ ਇੰਦਰਾ ਨੇ 1984 ਵਿੱਚ ਜੋ ਕੀਤਾ ਸੀ ਕਿ ਮੋਦੀ ਜੀ 2021 ਵਿੱਚ ਉਸ ਨੂੰ ਡਰਾਉਣਗੇ ਇੱਕ ਸੱਜੇ ਪੱਖੀ ਟਵਿੱਟਰ ਹੈਂਡਲ ਜਿਸ ਨੂੰ ਕ੍ਰੀਏਟਿਵਲੀ ਕਿਹਾ ਜਾਂਦਾ ਹੈ ਨੇ ਇੱਕ ਪੋਲ ਵੀ ਚਲਾਇਆ ਕਿ ਤੁਸੀਂ ਕਾਂਗਰਸ ਵਿਰੋਧੀ ਹੋ ਪਰ ਅੱਜ ਇੰਦਰਾ ਗਾਂਧੀ ਨੂੰ ਯਾਦ ਕਰ ਰਹੇ ਹੋ 82% ਹਾਂ ਦੇ ਵਿੱਚ ਜਵਾਬ ਅਤੇ 3600 ਤੋਂ ਵੱਧ ਵੋਟਾਂ ਪਈਆਂ #ਸ਼ੂਟ #ਇੰਦਰਾਗਾਂਧੀ ਵਰਗੇ #ਅਨੇ ਮਾਈਕਰੋ ਬਲੌਗਿੰਗ ਪਲੇਟਫਾਰਮ ਤੇ ਵੀ ਰੋਜ਼ਾਨਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਗਵਾਹੀ ਜਿਸ ਤੇ ਪੁਲਿਸ ਦੀ ਬਹਿਰਮੀ ਅਤੇ ਇੱਕ ਭਾਈਚਾਰੇ ਦੇ ਮੈਂਬਰਾਂ ਦੀ ਹੱਤਿਆ ਦੀ ਮੰਗ ਕੀਤੀ ਗਈ ਜਿਨ੍ਹਾਂ ਵਿੱਚੋਂ ਕਈਆਂ ਨੇ ਖੁੱਲੇ ਤੌਰ ਤੇ ਸੱਤਾਧਾਰੀ ਭਾਜਪਾ ਲਈ ਆਪਣਾ ਸਮਰਥਨ ਬੰਦ ਕਰ ਦਿੱਤਾ ਟਵਿੱਟਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਸੀਂ ਹਿੰਸਾ ਦੁਰਵਿਹਾਰ ਅਤੇ ਧਮਕੀਆਂ ਭੜਕਾਉਣ ਦੀਆਂ ਕੋਸ਼ਿਸ਼ਾਂ ਤੋਂ ਸੇਵਾ ਤੇ ਹੋਈ ਗੱਲਾਂਬਾਤਾਂ ਨੂੰ ਬਚਾਉਣ ਲਈ ਸਖਤੀ ਕਰਨ ਦੀ ਕਾਰਵਾਈ ਕੀਤੀ ਹੈ ਜੋ ਰੋਜ਼ਾਨਾ ਲਈ ਸਾਡੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਟੈਕਨੋਲੋਜੀ ਅਤੇ ਮਨੁੱਖੀ ਸਮੀਖਿਆ ਦੇ ਸੁਮੇਲ ਤੀਬਰ ਤੋਂ ਕਰਦੇ ਆ ਟਵਿੱਟਰ ਨੇ ਵੱਡੇ ਪੈਮਾਨੇ ਤੇ ਕੰਮ ਕੀਤਾ ਹੈ ਅਦੇ ਸੈਂਕੜੇ ਅਕਾਊਂਟਸ ਅਤੇ ਟਵੀਟਾਂ ਉੱਤੇ ਨਿਰਪੱਖਤਾ ਨਾਲ ਕਾਰਵਾਈ ਕੀਤੀ ਜੋ ਟਵਿੱਟਰ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ ਅਤੇ ਸਪੈਮ ਅਤੇ ਪਲੇਟਫਾਰਮ heira-pheri ਵਿੱਚ ਲੱਗੇ 500 ਤੋਂ ਵੱਧ ਖਾਤੇ ਮੁਅਤਲ ਕੀਤੇ ਗਏ। ਉਨ੍ਹਾਂ ਦੇ ਰਾਜਨੀਤਿਕ ਵਿਸ਼ਵਾਸ, ਪਸ਼ੋਕੜ ਅਤੇ ਮਾਨਤਾ ਦੀ ਪਰ ਕੀਤੀ ਗਈ। ਟਵਿੱਟਰ ਨੇ ਕਿਹਾ ਕਿ ਉਸਨੇ ਟਵੀਟ ਉੱਤੇ ਲੇਬਲ ਵੀ ਲਗਾਏ ਹਨ ਜੋ ਪਾਇਆ ਜਾਂਦਾ ਹੈ ਕਿ ਸਿੰਥੈਟਿਕ ਅਤੇ heira-pheri ਵਾਲਾ ਮੀਡੀਆ ਨੀਤੀ ਦੀ ਉਲੰਘਣਾ ਕਰ ਰਹੇ ਹਨ। ਬੁਲਾਰੇ ਨੇ ਅੱਗੇ ਕਿਹਾ ਕਿ ਅਸੀਂ ਸਥਿਤੀ ਨੂੰ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਅਤੇ ਸੁਚੇਤ ਰਹਿੰਦੇ ਹਾਂ ਅਤੇ ਸੇਵਾ ਵਿੱਚ ਆਉਣ ਵਾਲੇ ਲੋਕਾਂ ਨੂੰ ਜ਼ੋਰ ਦੇ ਕੇ ਉਨਨੂੰ ਕਿਸੇ ਵੀ ਚੀਜ਼ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੇ ਹਨ ਇਸ ਨੂੰ ਮੰਨਦੇ ਹਨ ਕਿ ਨਿਯਮਾਂ ਦੀ ਉਲੰਘਣਾ ਹੈ ਹਾਲਾਂਕਿ ਡਿਜੀਟਲ ਅਧਿਕਾਰ ਕਾਰਕੁਨਾਂ ਨੇ ਵੱਡੇ ਟੈਕਨੋਲੋਜੀ ਪਲੇਟਫਾਰਮਾਂ ਦੁਆਰਾ ਕਾਰਵਾਈ ਕਰਦਿਆਂ ਦਵੰਦਤਾ ਦੇ ਵਿਰੁੱਧ ਬੋਲਿਆ ਜਦੋਂ ਇਹ ਅਮਰੀਕਾ ਯੂ ਐਸ ਆਈ ਅਤੇ ਭਾਰਤ ਦੀ ਗੱਲ ਆਉਂਦੀ ਹੈ ਸੌਫਟਵੇਅਰ ਫਰੀडम ਲਾਅ ਐਂਡ ਸੈਂਟਰ ਆਨਲਾਈਨ ਸਿਵਲ ਆਜ਼ਾਦੀ ਦੀ ਵਕਾਲਤ ਕਰਨ ਵਾਲੀ ਇੱਕ ਸੰਸਥਾ ਦੱਸਦੀ ਹੈ ਕਿ ਟਵਿੱਟਰ ਅਤੇ ਫੇਸਬੁੱਕ ਸਮੇਤ ਪਲੇਟਫਾਰਮਾਂ ਨੂੰ ਹਿੰਸਾ ਭੜਕਾਉਣ ਵਾਲੇ ਸੰਦੇਸ਼ਾਂ ਦੇ ਮਾਮਲੇ ਵਿੱਚ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ ਐਸ ਐਫ ਐਲ ਸੀ ਦੇ ਕਾਨੂੰਨੀ ਨਿਰਦੇਸ਼ਕ ਪ੍ਰਸ਼ਾਂਤ ਸੁਗਾਥਨ ਨੇ ਕਿਹਾ ਹੈ ਕਿ ਭਾਰਤ ਵਿੱਚ ਨਫਰਤ ਪਰੇ ਸੰਦੇਸ਼ਾਂ ਉੱਤੇ ਪਲੇਟਫਾਰਮ ਅਸਫਲ ਰਹਿਣ ਦੀਆਂ ਕਈ ਵਾਰ ਉਦਾਹਰਨਾਂ ਮਿਲੀਆਂ ਹਨ ਪ੍ਰਸ਼ਾਂਤ ਸੁਦਾਖਨ ਨੇ ਕਿਹਾ ਹੈ ਕਿ ਜਿਹਹ ਸੰਦੇਸ਼ਾਂ ਦਾ ਅਸਲ ਦੁਨੀਆ ਵਿੱਚ ਪ੍ਰਭਾਵ ਪੈਂਦਾ ਹੈ ਅਤੇ ਲੋਕਾਂ ਲਈ ਨੁਕਸਾਨ ਦੇ ਸਾਬਿਤ ਹੁੰਦਾ ਹੈ ਪਲੇਟ ਆਰਮਦੀਵ ਵਿਕਸਤ ਦੁਨੀਆ ਵਿੱਚ ਅਜਾਈ ਸਮੱਗਰੀ ਤੇਜ਼ੀ ਨਾਲ ਕੰਮ ਕਰਦੇ ਹੋਏ ਗਲੋਬਲ ਦੱਖਣ ਵਿੱਚ ਸਮੱਗਰੀ ਦੇ ਸੰਜਮ ਬਾਰੇ ਵਕਰੀ ਨੀਤੀ ਨਹੀਂ ਹੋ ਸਕਦੀ ਤਾਂ ਟਵਿੱਟਰ ਵੱਲੋਂ ਮੁਸਤੈਦੀ ਵਿਖਾਉਂਦਿਆਂ ਅਜਿਹੇ 500 ਦੇ ਕਰੀਬ ਟਵਿੱਟਰ ਅਕਾਊਂਟਸ ਬੰਦ ਕਰ ਦਿੱਤੇ ਗਏ ਹਨ ਇਹ ਵੱਡੀ ਕਾਰਵਾਈ ਹੈ ਨਹੀਂ ਤਾਂ ਇਸ ਤਰ੍ਹਾਂ ਦੇ ਗਲਤ ਅਨਸਾਰਾ ਸਮਾਜ ਵਿੱਚ ਉਹ ਜ਼ਹਿਰ ਫਲਾਉਂਦੇ ਜਿਸ ਦਾ ਅਸਰ ਸਦੀਆਂ ਤੱਕ ਨਜ਼ਰ ਆਉਣਾ ਸੀ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ